ਤੇ ਅਪੀਲ ਕਰਨੇ ਆ ਭਈ ਸਾਡੀਆਂ ਤਨਖਾਹਾਂ ਜਿਹੜੀਆਂ ਨੇ ਉਹ ਘੱਟ ਨੇ ਵਧਾਈਆਂ ਜਾਣ ਤੇ ਬੇਨਤੀ ਕਰਕੇ ਸਾਡੇ ਜਿਹੜੇ ਪਿਛਲੇ ਪਕਾਏ ਨੇ ਉਹ ਸਾਨੂੰ ਮਿਲ ਜਾਣ ਘੱਟ ਤੋਂ ਘੱਟ ਕੈਪਟਨ ਸਾਹਿਬ ਜੀ ਸਾਡਾ ਮਾਣਪੱਤਾ ਬਹੁਤ ਘੱਟ ਹੈ ਤੇ ਸਾਡਾ ਹਰਿਆਣੇ ਦੇ ਨਾਲ ਜਿਹੜਾ ਮਾਣਪੱਤਾ ਲਾਇਆ ਜਾਏ ਸਭ ਤੋਂ ਪਹਿਲਾ ਨੰਬਰ ਜੀ ਭਈ ਸਰਕਾਰ ਦਾ ਵਫ਼ਾਦਾਰ ਲੰਬੜਦਾਰ ਹੋਣਾ ਚਾਹੀਦਾ ਪਿੰਡ ਦੇ ਵਿੱਚ ਕਿਸੇ ਨੂੰ ਕੰਮ ਪੈਂਦਾ ਤੇ ਉਹਦਾ ਉਹਦੀ ਸੇਵਾ ਕਰਨ ਦਾ ਲੰਬੜਦਾਰ ਨੂੰ ਜ਼ਰੂਰ ਚਾਹੀਦਾ ਲੰਬੜਦਾਰ ਸਰਕਾਰ ਦਾ ਵਫ਼ਾਦਾਰ ਹੋਣਾ ਚਾਹੀਦਾ ਲੰਬੜਦਾਰ ਨੂੰ ਕਿਸੇ ਕਿਸਮ ਦਾ ਲਾਲਚ ਨਹੀਂ ਚਾਹੀਦਾ ਤੇ ਸਾਫ ਸੁਥਰਾ ਬੰਦਾ ਹੋਣਾ ਚਾਹੀਦਾ ਇਹ ਦਾਗ ਲੰਬੜਦਾਰ ਹੋਣਾ ਚਾਹੀਦਾ ਜਿਹੜੀਆਂ ਸਰਕਾਰ ਦੇ ਗਰੀਬਾਂ ਦੇ ਹਿੱਤ 'ਚ ਸਕੀਮਾਂ ਨੇ ਉਹ ਵੀ ਲੰਬੜਦਾਰ ਨੂੰ ਪਿੰਡ ਦੇ ਵਿੱਚ ਲਿਆਉਣ ਦੀ ਸਕੀਮ ਆਗਿਆ ਦੇਣੀ ਚਾਹੀਦੀ ਅਤੇ ਪਿੰਡ ਵਿੱਚ ਕੋਈ ਬਿਮਾਰੀ ਫੈਲਣ ਦਾ ਡਰ ਹੋਵੇ ਉਹ ਵੀ ਲੰਬੜਦਾਰ ਨੂੰ ਤਲਾਹ ਦੇਣੀ ਚਾਹੀਦੀ ਹੈ ਮੈਂ ਇੱਕ ਜ਼ਿਮੀਂਦਾਰ ਦੇ ਹੋਣ 'ਤੇ ਸਰਕਾਰ ਨੂੰ ਅਪੀਲ ਕਰਨਾ ਜਿਹੜੇ 3 ਆਰਡੀਨੈਂਸ ਆਏ ਨੇ ਮਿਹਰਬਾਨੀ ਕਰਕੇ ਉਹਨਾਂ ਨੂੰ ਰੱਦ ਕੀਤਾ ਜਾਵੇ ਉਹਦੀ ਸਰਕਾਰ ਨੂੰ ਬੇਨਤੀ ਕਰਨੇ ਆ ਕਿਸਾਨਾਂ ਦੀ ਅਤੇ ਮਜ਼ਦੂਰਾਂ ਦੀ ਬਾਂਹ ਫੜਨੀ ਚਾਹੀਦੀ ਹੈ ਇਹ ਉਹ ਕਿਸਾਨ ਹਨ ਸਾਡੇ ਦੇਸ਼ ਵਿੱਚ ਅਨਾਜ ਦੀ ਕਮੀ ਸੀ ਪਰ ਉਹ ਅਨਾਜ ਮੁਕਾਇਆ ਕਰਦੇ ਸੀ ਪੰਜਾਬ ਅਤੇ ਹਰਿਆਣੇ ਨੇ ਬਾਕੀ ਸੂਬਿਆਂ ਨੇ ਕਿਸਾਨਾਂ ਨੇ ਇੰਨੀ ਮਿਹਨਤ ਕੀਤੀ ਭਾਰਤ ਦੇ ਭੰਡਾਰ ਭਰ ਦਿੱਤੇ ਉਹਦੀ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਕਿਸਾਨਾਂ ਦੇ ਨਾਲ ਮਾਂ ਵਾਲਾ ਸਲੂਕ ਕਰੇ ਕਿਸਾਨ ਕਾਫੀ ਸਮੇਂ ਤੋਂ ਕਰਜ਼ੇ ਦੇ ਲਿਮਟਾਂ ਥੱਲੇ ਹਨ ਉਹ ਆਤਮ ਹੱਤਿਆ ਵੀ ਕਰਦੇ ਆ ਸਾਡੀ ਇਹ ਮੰਗ ਹੈ ਇਹ ਕਾਨੂੰਨ ਮਿਹਰਬਾਨੀ ਕਰਕੇ ਰੱਦ ਕੀਤੇ ਜਾਣ ਤਾਂ ਜੇ ਕਿਸਾਨਾਂ ਨੂੰ ਸੁੱਖ ਦਾ ਸਾਹ ਆ ਸਕੇ ਉਹਦੇ ਨਾਲ 90% ਲੋਕ ਜੁੜੇ ਹਨ ਰੋਜ਼ੀ ਰੋਟੀ ਕਿਸਾਨਾਂ ਦੇ ਨਾਲ ਹੀ ਚੱਲਦੀ ਹੈ ਮੈਂ ਆਪਣੇ ਸਮਾਜ ਨੂੰ ਬੇਨਤੀ ਕਰਦਾ ਹਾਂ ਵਿਆਹਾਂ ਸ਼ਾਦੀਆਂ 'ਤੇ ਲੱਖਾਂ ਕਰੋੜਾਂ ਰੁਪਏ ਲਾਉਣ ਦੀ ਲੋੜ ਨਹੀਂ ਲੈਣ ਤੋਂ ਵੀ ਗੁਰੇਜ਼ ਕਰਨੀ ਚਾਹੀਦੀ ਹੈ